ਲੋ ਵੀ ਸੱਜਣੋ ਮਿੱਤਰੋ ਬੇਲੀਓ ਵੈਲਕਮ ਬੈਕ ਟੂ ਤਤਲਾ ਫੈਮਿਲੀ। ਕਿੱਦਾਂ ਹਾਲ ਚਾਲ ਸਾਰਿਆਂ ਦਾ? ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਹੱਸਦੇ ਰਹੋ, ਵੱਸਦੇ ਰਹੋ। ਅਤੇ ਅੱਜ ਜਿਹੜਾ ਵੀਡੀਓ ਆਪਾਂ ਲੈ ਕੇ ਆਏ ਹਾਂ ਉਹ ਕੀ ਹੈ ਜੀ? ਟ੍ਰੇਲਰ ਆਇਆ ਪੰਜਾਬੀ ਫਿਲਮ ਦਾ, ਦ ਅਨਟੋਲਡ ਸਟੋਰੀ ਆਫ ਸ਼ਹੀਦ ਕਰਤਾਰ ਸਿੰਘ ਸਰਾਭਾ। ਮਤਲਬ ਰੀਅਲ ਸਟੋਰੀ ਹੋਏਗੀ ਇਹ ਨਾ। ਚਲੋ ਪਹਿਲੇ ਟ੍ਰੇਲਰ ਵੇਖ ਲਈਏ ਆਪਾਂ, ਫਿਰ ਬਾਅਦ 'ਚ ਦੇਖਦੇ ਹਾਂ ਕਿ ਕੀ ਹੈ ਇਹਦੇ ਅੰਦਰ। ਕਰਤਾਰ ਸਿੰਘ ਪੁੱਤਰ ਮੰਗਲ ਸਿੰਘ ਜੱਟ, ਪਿੰਡ ਸਰਾਭਾ, ਅਮਰੀਕਾ ਤੋਂ ਲੈ ਕੇ ਬ੍ਰਿਟਿਸ਼ ਇੰਡੀਆ ਦੀ ਧਰਤੀ ਤੱਕ ਕੋਈ ਇੱਦਾਂ ਦੀ ਕਾਰਵਾਈ ਤੇ ਜੁਰਮ ਨਹੀਂ ਜਿਹਦੇ ਵਿੱਚ ਤੇਰਾ ਨਾਮ ਸ਼ਾਮਿਲ ਹੈ, ਔਰ ਤੂੰ ਆਪਣੇ ਬਚਾਓ ਪੱਖ 'ਚ ਕੋਈ ਦਲੀਲ ਨਹੀਂ ਤੇ ਸਾਬਿਤ ਕਰ ਸਕੇ ਕਿ ਤੂੰ ਗੁਨਹਗਾਰ। What will you be doing in America? For my education, sir. Where would you like to study? Berkeley University, sir. From British India? Punjab. India, my country. British India, not your India. ਇੰਨੀ ਨੀਂਦ ਨੂੰ ਅਸੀਂ ਮਰ ਜਿਨ੍ਹਾਂ ਨੇ ਬਰਤਾਨਵੀ ਭਾਰਤੀ ਫੌਜ 'ਚ ਨੌਕਰੀ ਕੀਤੀ ਅਤੇ ਉਹਨਾਂ ਦੀ ਲੜਾਈਆਂ ਲੜੀਆਂ, ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਊ। ਇਹਨਾਂ ਫਿਰੰਗੀਆਂ ਖਿਲਾਫ ਹਿੰਦੂ, ਮੁਸਲਮਾਨ, ਸਿੱਖ ਸਭ ਨੂੰ ਮਿਲ ਕੇ ਜੰਗ ਲੜਨੀ ਪਵੇਗੀ। $200 ਇਹ ਕਿੱਥੋਂ? ਮੇਰੇ ਕਾਲਜ ਦੀ ਫੀਸ ਹੈ, ਉਹ ਹਲੇ ਇੰਤਜ਼ਾਰ ਕਰ ਸਕਦੇ, ਪਰ ਮੇਰਾ ਦੇਸ਼ ਨਹੀਂ। ਯੰਗ ਮੈਨ, ਕਿਸਮਤ ਬਲਵਾਨ, ਤੇਰੇ ਤੋਂ ਕੁਝ ਵੱਡਾ ਹੀ ਕਰਾਉਣਾ ਚਾਹੁੰਦੀ। ਸਾਥੀਓ, ਆਜ਼ਾਦੀ ਦੇ ਵਿਗਲ ਦੀ ਗੂੰਜ ਦੁਨੀਆ ਦੇ ਹਰ ਕੋਨੇ ਵਿੱਚ ਸੁਣਾਈ ਦੇ ਰਹੀ ਹੈ। ਇਹ ਲਹਿਰ, ਗਦਰ ਲਹਿਰ, ਆਜ਼ਾਦੀ ਦੀ ਲਲਕਾਰ ਬਣ ਕੇ ਹੁਣ ਫਰੰਗੀਆਂ ਦੇ ਕੰਨਾਂ ਦੇ ਵਿੱਚ ਗੂੰਜੇਗੀ। ਦਿਨ ਰਾਤ ਇਸੀ ਕੰਮ ਲੱਗ ਰਹੇ ਹੋ? ਇਹ ਤਾਂ ਅਭੀ ਸ਼ੁਰੂਆਤ। ਮੌਤ ਹਲਕੀ ਮਤ ਡਰਨੀ, ਇਹ ਤਾਂ ਉਦੋਂ ਹੀ ਪਤਾ ਲੱਗੂ ਜਦੋਂ ਮੌਤ ਮੇਰੀਆਂ ਤੇ ਮੈਂ ਮੌਤ ਦੀਆਂ ਅੱਖਾਂ ਦੇਖੂ। ਜਦੋਂ ਫਰੰਗੀ ਜ਼ਮੀਨ 'ਤੇ ਹੋਣਗੇ ਨਾ ਤਾਂ ਸਾਡਾ ਕਰਤਾਰਾ ਹਵਾ ਜੁੜ ਕੇ ਉਹਨਾਂ ਦੇ ਹਮਲੇ ਕਰੇਗਾ। ਤੂੰ ਜਹਾਜ਼ ਉਡਾਉਣੇ ਵੀ ਸਿੱਖੇਗਾ ਅਤੇ ਬਣਾਉਣੇ ਵੀ ਸਿੱਖੇਗਾ। ਸਾਡੀ ਲਹਿਰ ਨਾਲ ਜੁੜੋ, ਤੁਸੀਂ ਆਜ਼ਾਦੀ ਪਾਓਗੇ। ਮੇਰਾ ਬਤ ਭਗਤ ਸਿੰਘ, ਸਾਡੀ ਮਾਤਰ ਭੂਮੀ, ਸਾਡਾ ਆਜ਼ਾਦ ਹਿੰਦੁਸਤਾਨ ਅਤੇ ਸਾਡਾ ਰਾਜ, ਜਿੱਥੇ ਅਸੀਂ ਆਪਣੀ ਤਕਦੀਰ ਆਪ ਲਿਖਾਂਗੇ। ਸਾਡਾ ਨਾਮ ਕੀ ਹੈ? ਸਾਡਾ ਕੰਮ ਕੀ ਹੈ? ਗਦਰ ਹੋ ਕਿੱਥੇ? ਗਦਰ ਨੂੰ ਚਾਹੀਦਾ ਕੀ? ਮੈਨੂੰ ਨਹੀਂ ਸੀ ਪਤਾ ਪੁੱਤ ਕਿ ਸਾਡੇ ਖੂਨ 'ਚ ਇੰਨੀ ਬਹਾਦਰੀ ਆ। ਪ੍ਰਧਾਨ ਜੀ, ਉਹ ਦਿਨ ਜ਼ਰੂਰ ਆਊਗਾ ਜਦੋਂ ਲੋਕ ਸਾਡੀਆਂ ਕੁਰਬਾਨੀਆਂ ਨੂੰ ਯਾਦ ਕਰਨਗੇ। ਹਿੰਦ ਵਾਸੀਓ ਰੱਖਣਾ, ਹੋ ਸਕਦਾ ਯਾਦ ਕਰਨਗੇ ਪਰ ਕਰਨਗੇ ਕੁਛ ਨਹੀਂ। ਯਾਦ ਸਾਨੂੰ, ਓਏ ਹੋਏ, ਆ ਲਾਸਟ ਉਹਨਾਂ ਦਾ ਜਿਹੜਾ ਬਹੁਤ ਸੀ, ਹੋ ਸਕਦਾ ਯਾਦ ਕਰਨਗੇ ਪਰ ਕਰਨਗੇ ਕੁਛ ਨਹੀਂ। ਹਾਂ, ਕਰਨਗੇ ਕੁਛ ਨਹੀਂ, ਕਰਤਾਰ ਸਿੰਘ ਪਹਿਲੀ ਵਾਰੀ ਸੁਣਿਆ। ਭਗਤ ਸਿੰਘ ਦੀ ਤੇ ਇੱਕ ਪੂਰੀ ਹਿਸਟਰੀ ਹੈ ਨਾ, ਸਟੋਰੀ ਹੈ, ਮਤਲਬ ਕਿ ਇਵੇਂ ਦੇ ਬਹੁਤ ਸਾਰੇ, ਸਿਰਫ ਇੱਕ ਕਰਤਾਰ ਸਿੰਘ ਜਾਂ ਇੱਕ ਭਗਤ ਸਿੰਘ ਨਹੀਂ ਸੀ ਉਦੋਂ, ਉਦੋਂ ਪਤਾ ਨਹੀਂ ਹਜ਼ਾਰਾਂ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਨ ਲੋਕ ਜਿਹੜੇ ਸਨ ਉਹ ਭਗਤ ਸਿੰਘ ਵਾਂਗ ਸ਼ਹੀਦ ਹੋਏ ਸਨ। ਠੀਕ ਹੈ, ਇਹਨਾਂ ਦੇ ਵਾਂਗ ਕਰਤਾਰ ਸਿੰਘ ਵਾਂਗ ਸ਼ਹੀਦ ਹੋਏ ਸਨ, ਲੇਕਿਨ ਉਹ ਸਿਰਫ ਕਿ ਉਹ ਕਿਸੇ ਨੂੰ ਪਤਾ ਨਹੀਂ ਗਾ ਉਹਨਾਂ ਦਾ। ਜਿਹੜੇ ਕੁਝ ਫੇਮਸ ਹੋ ਜਾਂਦੇ ਨੇ, ਮਤਲਬ ਸਾਹਮਣੇ ਆ ਜਾਂਦੇ ਨੇ, ਉਹ ਤੇ ਮਤਲਬ ਲਫਜ਼ਾਂ ਵਿੱਚ ਯਾਦ ਨੇ ਅੱਜ ਵੀ ਲੋਕਾਂ ਨੂੰ, ਲੇਕਿਨ ਇਸ ਤਰ੍ਹਾਂ ਹੁਣ ਕਰਤਾਰ ਸਿੰਘ ਦਾ ਨਾਂ ਨਹੀਂ ਸੀ ਸੁਣਿਆ ਕਰੀ। ਕਰਤਾਰ ਸਿੰਘ ਮੈਂ ਆਖਿਆ ਭਗਤ ਸਿੰਘ ਤੋਂ ਪਹਿਲੇ ਸੀ। ਸਰਾਭਾ ਮਤਲਬ ਸਰਾਭਾ ਪਿੰਡ ਕੋਈ ਇਲਾਕਾ ਉੱਥੇ ਦਾ,
ਉਹਨਾਂ ਨੇ ਆਪਣੇ ਪਿੰਡ ਦੇ ਨਾਮ ਤੋਂ ਨਾਮ ਰੱਖਿਆ ਹੈ ਸ਼ਹੀਦ ਕਰਤਾਰ ਸਿੰਘ ਸਰਾਪਾ। ਔਰ ਬਹੁਤ ਹੀ ਵਧੀਆ ਸਟੋਰੀ ਲੱਗ ਰਹੀ ਹੈ ਔਰ ਇੱਦਾਂ ਦੀ ਮਤਲਬ ਪਤਾ ਅੱਜ ਦੀ ਯੂਥ ਜਿਹੜੀ ਉਹਨੂੰ ਬਹਾਉਣੀਆਂ ਚਾਹੀਦੀਆਂ ਨੇ, ਐਵੇਂ ਨਹੀਂ ਇਹ ਨੇ ਫਿਲਮਾਂ ਜਿਹਦੇ ਤੋਂ ਹਿਸਟਰੀ ਦਾ ਪਤਾ ਲੱਗਦਾ। ਬਾਕੀ ਉਹ ਗਦਰ ਗਦਾਰ ਜਿਹੜੀ ਉਹ ਕੋਈ ਸਟੋਰੀ ਨਹੀਂ ਹੈ, ਮਤਲਬ ਉਹ ਨਫ਼ਰਤ ਫੈਲਾਉਣਾ ਹੈ। ਤੁਸੀਂ ਕੁਝ ਸਿੱਖਦੇ ਹੋ ਤੁਹਾਨੂੰ ਪਤਾ, ਇਹਦੇ ਵਿੱਚ ਵੇਖੋ ਕਿ ਇੱਕ ਚੀਜ਼ ਤੁਸੀਂ ਸ਼ਾਇਦ ਨੋਟ ਨਹੀਂ ਕੀਤੀ, ਉਹਨਾਂ ਨੇ ਕਿਹਾ ਕਿ ਇਹਨਾਂ ਫਰੰਗੀਆਂ ਲਈ ਲੜਨ ਲਈ ਸਾਨੂੰ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਇਕੱਠਿਆਂ ਹੋ ਕੇ ਲੜਨਾ ਪੈਣਾ। ਮਤਲਬ ਉਦੋਂ ਯੂਨਿਟੀ ਵਿੱਚ ਲੜਿਆ ਸੀ ਤਾਂ ਹਿੰਦੁਸਤਾਨ ਜਿਹੜਾ ਉਹ ਇੰਡੀਪੈਂਡੈਂਟ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਕੋਲੋਂ, ਫਰੰਗੀਆਂ ਕੋਲੋਂ। ਹੁਣ ਸਹੀ ਜੀ ਉਹਨੂੰ ਕੋਈ ਜਿਹੜਾ ਬ੍ਰਿਟਿਸ਼ ਦੌਰ ਦੇ ਵਿੱਚ ਬਣਾਵੇ ਫਿਲਮ ਤਰ੍ਹਾਂ ਇਦਾਂ ਦੀ ਰੀਅਲ ਸਟੋਰੀ ਦੇ ਉੱਤੇ ਨਾ ਲੋਕ ਉਹਨੂੰ ਬਹੁਤ ਜ਼ਿਆਦਾ ਰਿਕੁਐਸਟ ਕਰ ਰਹੇ ਸਨ, ਉਹਦੀ ਬਹੁਤ ਲਾਈਕ ਕਰਦੇ ਨੇ ਔਰ ਅੱਜ ਵੀ ਰੁਪਿੰਦਰ ਗਾਂਧੀ ਮਤਲਬ ਉਹਦਾ ਨਾਂ ਚੱਲਦਾ। ਅੱਛਾ ਅਸੀਂ ਫਿਲਮ ਦੇਖੀ ਸੀ, ਅਸੀਂ ਆਹੀ ਸੋਚ ਕੇ ਦੇਖੀ ਸੀ ਕਿ ਆਹ ਚੀਜ਼ ਰਿਐਲਿਟੀ ਹੈ, ਉਸ ਦੇ ਬੇਸ ਤੇ ਵੇਖੀ ਸੀ ਤੇ ਫਿਲਮ ਵੇਖਣ ਦਾ ਪਤਾ ਚੱਲਿਆ ਸੀ ਕਿ ਇਹ ਚੀਜ਼ ਇੰਜ ਹੋਇਆ ਸੀ ਤੇ ਇੰਜ ਬਾਅਦ ਚੱਲ ਲੋਕਾਂ ਦੇ ਅੱਖਾਂ 'ਚ ਆਵਾਜ਼ ਉਠਾਉਂਦਾ ਸੀ। ਚਲੋ ਬਹੁਤ ਦੁਖੀ ਸੀ ਐਂਡ ਤੇ ਜਾ ਕੇ। ਬਾਕੀ ਜਿਹੜਾ ਸਟੋਰੀ ਬਹੁਤ ਵਧੀਆ ਔਰ ਇੱਕ ਰੀਅਲ ਤੇ ਸੱਚੀ ਸਟੋਰੀ ਜਿਹੜੀ ਹੈ ਉਹਦੇ ਉੱਤੇ ਫਿਲਮ ਬਣਾਈ ਗਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ, ਤੇ ਮੇਰਾ ਖਿਆਲ ਹੈ ਕਿ ਸਾਰੇ ਵੇਖਣਗੇ ਇਹਨੂੰ ਤੇ ਰਿਲੀਜ਼ ਡੇਟ ਦੇਤੀ ਇਹਦੀ ਕਿ ਨਹੀਂ? ਅਰੇ 3 ਨਵੰਬਰ ਤੇ 2-3 ਮਹੀਨੇ ਵਿੱਚ ਹੈ। ਸਹੀ ਹੈ। ਚਲੋ ਬਾਕੀ ਜੀ ਬਹੁਤ ਵਧੀਆ, ਆਪਾਂ ਹੁਣ ਅਗਲੀ ਵੀਡੀਓ 'ਚ ਮਿਲਦੇ ਹਾਂ। ਕਿੱਦਾਂ ਲੱਗਾ ਤੁਹਾਨੂੰ ਟ੍ਰੇਲਰ? ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਕਿਹਨੂੰ ਕਿਹਨੂੰ ਪਤਾ ਸੀ ਇਹਨਾਂ ਬਾਰੇ ਉਹ ਵੀ ਕਮੈਂਟ ਕਰਨਾ।